ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਰੋਪੜ ਘੁੰਮ ਰਹੇ ਹਾਂ। ਰੋਪੜ ਘੁੰਮਦੇ ਘੁੰਮਦੇ ਖਿਆਲ ਆਇਆ ਕਿਉਂ ਨਾ ਤੁਹਾਨੂੰ ਦਰਸ਼ਨ ਕਰਵਾਈਏ ਗੁਰਦੁਆਰਾ ਸ਼੍ਰੀ ਟਿੱਬੀ ਸਾਹਿਬ ਦੇ। ਸੋ ਅਸੀਂ ਹੁਣ ਰਸਤੇ ਵਿੱਚ ਜਾ ਰਹੇ ਹਾਂ, ਅੱਗੇ ਮੋੜ ਮੁੜ ਕੇ ਗੁਰਦੁਆਰਾ ਸ਼੍ਰੀ ਟਿੱਬੀ ਸਾਹਿਬ ਹੈ। ਸੋ ਤੁਹਾਨੂੰ ਦਰਸ਼ਨ ਕਰਾਵਾਂਗੇ, ਵੀਡੀਓ ਵਿੱਚ ਬਣੇ ਰਹੋ। ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਤੁਹਾਡਾ ਇੱਕ ਇੱਕ ਸ਼ੇਅਰ, ਲਾਇਕ, ਕਮੈਂਟ ਸਾਡੇ ਲਈ ਬਹੁਤ ਜ਼ਰੂਰੀ ਹੈ। ਸੋ ਹੁਣ ਅਸੀਂ ਪਹੁੰਚ ਗਏ ਗੁਰਦੁਆਰਾ ਸ਼੍ਰੀ ਟਿੱਬੀ ਸਾਹਿਬ, ਆਓ ਕਰਦੇ ਹਾਂ ਦਰਸ਼ਨ। ਅਤੇ ਉੱਥੇ ਇੱਕ ਬਹੁਤ ਵਧੀਆ ਲੋਕੇਸ਼ਨ ਹੈ, ਉਹ ਵੀ ਤੁਹਾਨੂੰ ਦਿਖਾਵਾਂਗੇ, ਬਣੇ ਰਹੋ ਵੀਡੀਓ ਵਿੱਚ। ਸੋ ਸਭ ਤੋਂ ਪਹਿਲਾਂ ਆਪਾਂ ਦਰਬਾਰ ਸਾਹਿਬ ਕੇ ਮੱਥਾ ਟੇਕ ਕੇ ਦਰਸ਼ਨ ਕਰਕੇ ਬਾਬਾ ਜੀ ਦੇ ਫਿਰ ਅੱਗੇ ਚੱਲਾਂਗੇ, ਅਤੇ ਤੁਹਾਨੂੰ ਇਸ ਲੋਕੇਸ਼ਨ ਦੇ ਵੀ ਦਿਖਾਵਾਂਗੇ, ਜੋ ਲੋਕੇਸ਼ਨ ਬਹੁਤ ਵਧੀਆ ਹੈ। ਤੁਹਾਨੂੰ ਐਵੇਂ ਲੱਗੇਗਾ ਜਿਵੇਂ ਤੁਸੀਂ ਪਹਾੜਾਂ ਦੇ ਵਿੱਚ ਖੜ੍ਹੇ ਹੋ, ਬਹੁਤ ਵਧੀਆ ਵਿਊ ਆ ਰਿਹਾ ਉੱਥੋਂ। ਸੋ ਵੀਡੀਓ ਨੂੰ ਮਿਸ ਨਾ ਕਰਿਓ, ਵੀਡੀਓ ਵਿੱਚ ਬਣੇ ਰਹੋ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਲਓ ਜੀ ਪਿਆਰਿਓ, ਹੁਣ ਅਸੀਂ ਗੁਰਦੁਆਰਾ ਵਿੱਚ ਸਾਹਿਬ ਵਿੱਚ ਅੰਦਰ ਪਹੁੰਚ ਗਏ ਹਾਂ। ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ, ਜਦੋਂ ਤੁਸੀਂ ਇੱਥੇ ਅੰਦਰ ਆਉਂਦੇ ਹੋ ਤਾਂ ਫੁੱਲ ਦੇਖਦੇ ਹੋ ਤਾਂ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਹੈ? ਮੈਨੂੰ ਤਾਂ ਬਹੁਤ ਵਧੀਆ ਮਹਿਸੂਸ ਹੋਇਆ, ਮਨ ਬਹੁਤ ਲੱਗਿਆ ਇੱਥੇ ਆ ਕੇ। ਸੋ ਹੁਣ ਸਭ ਤੋਂ ਪਹਿਲਾਂ ਆਪਾਂ ਦਰਬਾਰ ਸਾਹਿਬ ਵਿੱਚ ਮੱਥਾ ਟੇਕੀਏ, ਅਤੇ ਉਸ ਤੋਂ ਬਾਅਦ ਤੁਹਾਨੂੰ ਦਰਬਾਰ ਸਾਹਿਬ ਦੇ ਪਿੱਛੇ ਇੱਕ ਗੱਡੀ ਖੜ੍ਹੀ ਆ, ਉਹ ਵੀ ਦਿਖਾਵਾਂਗੇ, ਅਤੇ ਆਪਾਂ ਸਾਰਾ ਦਰਬਾਰ ਸਾਹਿਬ ਦੇ ਆਲੇ ਦੁਆਲੇ ਘੁੰਮ ਕੇ ਤੁਹਾਨੂੰ ਇਕੱਲੀ ਇਕੱਲੀ ਲੋਕੇਸ਼ਨ ਵੀ ਦਿਖਾਵਾਂਗੇ। ਜਿਹੜੀ ਲੋਕੇਸ਼ਨ ਦੀ ਗੱਲ ਕੀਤੀ ਸੀ ਉਹ ਵੀ ਦਿਖਾਵਾਂਗੇ, ਜਦੋਂ ਤੁਸੀਂ ਇੱਥੇ ਆਉਂਦੇ ਹੋ ਤਾਂ ਉਹ ਲੋਕੇਸ਼ਨ ਵੀ ਜ਼ਰੂਰ ਦੇਖ ਕੇ ਜਾਇਓ। ਸੋ ਆਓ ਕਰਦੇ ਹਾਂ ਦਰਸ਼ਨ। ਲਓ ਜੀ ਪਿਆਰਿਓ, ਜਿਹੜੀ ਗੱਡੀ ਦੀ ਗੱਲ ਕੀਤੀ ਸੀ, ਬਾਬਾ ਜੀ ਦੀ ਗੱਡੀ ਇੱਥੇ ਖੜ੍ਹੀ ਹੈ, ਉਸ ਗੱਡੀ ਦੇ ਦਰਸ਼ਨ ਤੁਹਾਨੂੰ ਕਰਾਉਂਦੇ ਹਾਂ, ਆਓ ਬਣੇ ਰਹੋ ਵੀਡੀਓ ਵਿੱਚ। ਸੋ ਆਓ ਆਪਾਂ ਚੱਲਦੇ ਹਾਂ। ਸੋ ਪਹਿਲਾਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਲਓ, ਉਸ ਤੋਂ ਬਾਅਦ ਆਪਾਂ ਚੱਲਦੇ ਹਾਂ। ਸਤਿਨਾਮ ਸ਼੍ਰੀ ਵਾਹਿਗੁਰੂ। ਇਸ ਦੇ ਨਾਲ ਹੀ ਸਪੈਸ਼ਲ ਕਮਰਾ ਬਣਾਇਆ ਗਿਆ ਹੈ ਜਿਸ ਵਿੱਚ ਗੱਡੀ ਰੱਖੀ ਗਈ ਹੈ। ਸਾਨੂੰ ਵੀ ਇੱਥੇ ਕਾਫੀ ਸਾਲ ਹੋ ਗਏ ਹਨ ਇੱਥੇ ਆਉਂਦਿਆਂ ਨੂੰ, ਗੱਡੀ ਉਵੇਂ ਦੀ ਉਵੇਂ ਹੀ ਖੜ੍ਹੀ ਹੈ ਜਿਵੇਂ ਨਵੀਂ ਗੱਡੀ ਖੜ੍ਹੀ ਹੁੰਦੀ ਹੈ ਸ਼ੋਰੂਮ ਵਿੱਚ ਕਿਸੇ ਵਿੱਚ। ਇਹ ਇੱਥੋਂ ਦਾ ਇਤਿਹਾਸ ਲਿਖਿਆ ਹੋਇਆ ਹੈ, ਤੁਸੀਂ ਸਕਰੀਨਸ਼ਾਟ ਖਿੱਚ ਕੇ ਇੱਥੋਂ ਦਾ ਇਤਿਹਾਸ ਪੜ੍ਹ ਸਕਦੇ ਹੋ। ਤੁਸੀਂ ਇੱਕ ਵਾਰ ਦੇਖ ਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਵੀ ਇਹ ਗੱਡੀ ਨਵੀਂ ਹੀ ਲੱਗਦੀ ਹੈ। ਦੇਖੋ ਕਿੰਨੇ ਸਾਲ ਹੋ ਗਏ ਹਨ ਪਰ ਫਿਰ ਵੀ ਗੱਡੀ ਨਵੀਂ ਦੀ ਨਵੀਂ ਹੀ ਲੱਗ ਰਹੀ ਹੈ। ਹੁਣ ਆਪਾਂ ਦੂਜੇ ਪਾਸੇ ਤੋਂ ਖੜ੍ਹ ਕੇ ਦੇਖਦੇ ਹਾਂ, ਸ਼ਾਇਦ ਕੁਛ ਅੰਦਰ ਦਿਖ ਜਾਵੇ। ਗੱਡੀ ਵਿੱਚ ਇੱਕ ਫੋਟੋ ਲੱਗੀ ਹੋਈ ਸੀਗੀ, ਉਹ ਤੁਹਾਨੂੰ ਫੋਟੋ ਦਿਖਾਉਣੀ ਸੀ ਬਾਬਾ ਜੀ ਦੀ। ਸ਼ਾਇਦ ਹੁਣ ਦਿਖੇ, ਉਹ ਧਿਆਨ ਨਾਲ ਦੇਖੋ ਜੀ, ਫੋਟੋ ਦਿਖ ਰਹੀ ਹੈ ਬਾਬਾ ਜੀ ਦੀ। ਇਹ ਜੋ ਤੁਸੀਂ ਲੋਕੇਸ਼ਨ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਦੀ ਹੈ ਜੀ। ਹੁਣ ਆਪਾਂ ਸਾਈਡ 'ਤੇ ਜਾਵਾਂਗੇ, ਇਹ ਜੋ ਜੰਗਲੇ ਲੱਗੇ ਹੋਏ ਹਨ, ਇਸ ਤੋਂ ਬਾਹਰ ਦੇਖੋ ਕਿੰਨਾ ਸੋਹਣਾ ਵਿਊ ਆ ਰਿਹਾ ਹੈ। ਇਸ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਉਹ ਹੋਰ ਬਹੁਤ ਵਧੀਆ ਵਿਊ ਆ ਰਿਹਾ ਹੈ। ਇਹ ਜੋ ਤੁਸੀਂ ਸਾਹਮਣੇ ਪੁਲ ਦੇ ਨਾਲ ਜੋ ਜਗ੍ਹਾ ਦੇਖ ਰਹੇ ਹੋ, ਇਹ ਉਹੀ ਜਗ੍ਹਾ ਹੈ ਜੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ ਸੰਧੀ ਹੋਈ ਸੀ।
ਇਸ ਦੀ ਵੀਡੀਓ ਵੀ ਅਸੀਂ ਬਣਾ ਕੇ ਪਾਵਾਂਗੇ ਅਲੱਗ ਤੋਂ ਇਸੇ ਚੈਨਲ 'ਤੇ। ਸੋ ਵੀ ਤੁਸੀਂ ਦੇਖਣੀ ਹੈ, ਉਹ ਕਾਫ਼ੀ ਇਤਿਹਾਸ ਨਾਲ ਰਿਲੇਟਡ ਹੋਵੇਗੀ। ਸੋ ਪਹਿਲਾਂ ਆਪਾਂ ਜਿਹੜੀ ਇਹ ਵਾਲੀ ਵੀਡੀਓ ਹੈ ਇਹ ਵੇਖਦੇ ਹਾਂ। ਸੋ ਇਸ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਜੋ ਜ਼ਮੀਨ ਪਈ ਹੈ ਰੋਪੜ ਵਿੱਚ 8 ਕਿੱਲੇ, ਉਹ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ, ਉਹ ਵੀ ਇਸ ਸਥਾਨ ਤੋਂ ਦਿਖਦਾ ਹੈ, ਉਹ ਵੀ ਤੁਹਾਨੂੰ ਦਿਖਾਵਾਂਗੇ। ਸੋ ਬਣੇ ਰਹੋ ਵੀਡੀਓ ਵਿੱਚ। ਇਹ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਬਿਲਡਿੰਗ, ਇਹ ਲੰਗਰ ਹਾਲ ਦੀ ਬਿਲਡਿੰਗ ਹੈ ਜੀ। ਇਹ ਇਸ ਸਥਾਨ 'ਤੇ ਲੰਗਰ ਬਣਦਾ ਹੈ ਅਤੇ ਇੱਥੇ ਹੀ ਲੰਗਰ ਛਕਾਇਆ ਜਾਂਦਾ ਹੈ। ਜਦੋਂ ਤੁਸੀਂ ਇੱਥੇ ਆਉਂਦੇ ਹੋ ਤਾਂ ਇਸ ਸਥਾਨ 'ਤੇ ਆ ਕੇ ਸੇਵਾ ਵੀ ਜ਼ਰੂਰ ਕਰਿਆ ਕਰੋ, ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ। ਬਾਬਾ ਜੀ ਬੈਠੇ ਹਨ, ਸੇਵਾ ਕਰ ਰਹੇ ਹਨ, ਆਪਣੀ ਡਿਊਟੀ ਨਿਭਾ ਰਹੇ ਹਨ। ਸੋ ਆਓ ਅੱਜ ਆਪਾਂ ਅੱਗੇ ਚੱਲਦੇ ਹਾਂ। ਇਸ ਸਥਾਨ 'ਤੇ ਖੜ੍ਹ ਕੇ ਤੁਸੀਂ ਵੀ ਜ਼ਰੂਰ ਦੇਖਿਓ ਕਿ ਦੇਖੋ ਕਿੰਨਾ ਸੋਹਣਾ ਵਿਊ ਆ ਰਿਹਾ ਹੈ, ਕਮੈਂਟ ਕਰਕੇ ਜ਼ਰੂਰ ਦੱਸਿਓ। ਇਹ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਥਰਮਲ ਪਲਾਂਟ ਹੈ ਜੀ, ਜੋ ਇੱਥੋਂ ਨਜ਼ਰ ਆ ਰਿਹਾ ਹੈ। ਹੁਣ ਤੁਸੀਂ ਦੇਖੋ ਇੱਥੋਂ ਖੜ੍ਹ ਕੇ ਕਿੰਨਾ ਸੋਹਣਾ ਵਿਊ ਆ ਰਿਹਾ ਹੈ, ਦੇਖੋ। ਅੱਗੇ ਜਦੋਂ ਠੰਡੀ ਠੰਡੀ ਹਵਾ ਆਉਂਦੀ ਹੈ ਨਾ, ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ। ਜਦੋਂ ਆਉਂਦੇ ਹੋ ਤਾਂ ਇੱਧਰ ਨੂੰ ਜ਼ਰੂਰ ਘੁੰਮ ਕੇ ਜਾਓ। ਲਓ ਜੀ ਪਿਆਰਿਓ, ਇਹ ਜੋ ਤੁਸੀਂ ਨਿਸ਼ਾਨ ਸਾਹਿਬ ਵੇਖ ਰਹੇ ਹੋ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਨਿਸ਼ਾਨੀ ਹੈ। ਇਹ ਸਾਰੀ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਦੀ ਹੈ ਜੀ। ਇਹ ਫੈਕਟਰੀ ਹੈ ਜੋ ਇਸ ਸਥਾਨ ਨੂੰ ਹੋ ਕੇ ਰਸਤਾ ਲੰਘਦਾ ਹੈ। ਇੱਥੋਂ ਖੜ੍ਹ ਕੇ ਦੇਖੋ ਕਿੰਨਾ ਸੋਹਣਾ ਵਧੀਆ ਲੱਗ ਰਿਹਾ ਹੈ, ਇੰਝ ਲੱਗਦਾ ਹੈ ਜਿਵੇਂ ਆਪਾਂ ਪਹਾੜਾਂ ਵਿੱਚ ਆ ਗਏ ਹਾਂ। ਲਓ ਜੀ ਪਿਆਰਿਓ, ਹੁਣ ਅਸੀਂ ਲੰਗਰ ਹਾਲ ਵਿੱਚ ਆ ਗਏ ਹਾਂ। ਤੋ ਲੰਗਰ ਛੱਕ ਕੇ ਇਸ ਤੋਂ ਬਾਅਦ ਥੋੜ੍ਹੀ ਲਓ ਪਿਆਰਿਓ, ਹੁਣ ਅਸੀਂ ਸਾਰਾ ਗੁਰਦੁਆਰਾ ਸਾਹਿਬ ਘੁੰਮ ਲਿਆ ਹੈ ਅਤੇ ਜਦੋਂ ਤੁਸੀਂ ਇੱਥੇ ਆਉਂਦੇ ਹੋ ਤਾਂ ਤੁਸੀਂ ਵੀ ਇੱਥੇ ਜ਼ਰੂਰ ਆ ਕੇ ਜਾਓ, ਦਰਬਾਰ ਸਾਹਿਬ ਦੇ ਦਰਸ਼ਨ ਕਰੋ, ਮੱਥਾ ਟੇਕੋ, ਸੇਵਾ ਕਰੋ। ਜੇ ਕੋਈ ਵੀਡੀਓ ਵਿੱਚ ਗਲਤੀ ਲੱਗਦੀ ਹੈ ਤਾਂ ਜ਼ਰੂਰ ਦੱਸਿਓ, ਤਾਂ ਅੱਗੇ ਨੂੰ ਉਹ ਗਲਤੀ ਦੇ ਵਿੱਚ ਸੁਧਾਰ ਕੀਤਾ ਜਾਵੇਗਾ। ਤੁਹਾਡਾ ਇੱਕ ਲਾਈਕ, ਕਮੈਂਟ, ਸ਼ੇਅਰ ਸਾਡੇ ਲਈ ਬਹੁਤ ਜ਼ਰੂਰੀ ਹੈ। ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਤੇ ਮਾਨ ਸਾਹਿਬ 13-13, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਨੂੰ